आ लो जी, हो गया चड्डा साहब दा दिवाली गिफ्ट तैयार। तू की कर रहे हैं पुत? चैट कर रहे हैं। मेरे दोस्त टिंकू दा अपनी गर्लफ्रेंड दे नाल झगड़ा चल रहा। मेरे तो पूछ रहे की करे हुण। मैनू की पता कुड़ियां नू किवें हैंडल करीदा। मैं तो जे किसी कुड़ी नू प्रपोज करदा कुड़ी दा हासा निकल जांदा। ओ जेड़ा आप गोते खा रहा होवे ओ किसे नू तैरना की सिखाऊगा। वैसे पुत मैं दस सकदा कि तूनू की कह। तू देखदा नहीं मैं तेरी मां नू किवें हैंडल करदा। तुसी कर लैने हो हैंडल। बस कदे मान नहीं कीता। समीप ले आ रही है तेरी मां। देख हुण किवें हैंडल करदा तेरी मां नू। ते मनी मन च सोच के तेरा प्यो किन्ना घैंट। की गल होगी, तू तैयार नहीं हुई? तेनू याद दवा दा कि अज आपां दिवाली दी पार्टी ते जाना। कमाल है, मैं इन्ना तैयार होके आई है। मेनू कॉम्प्लीमेंट तक ही देना है, मेनू अलंबा दे रहे हो। लगदा ना मैं किसी ब्लाइंड बंदे नाल व्याही हुई है। अब ब्लाइंड वाली गल ता सारे कहंदे आ कि तू अन्ना सी जेड़ा इदां दी जनानी नाल ब्याह कीता। क्यों, जे अखां हुंदियां ता किट्ठी ना कैफ लैंदे। मैं ता सोचिया सी कि तू दिवाली ते नवा सूट पाएंगी। क्यों, ए नवा सूट नहीं है कि मैं किसे दी तार तो लाके पा लिया, या फिर तुसी किसे होर दे पाया देख लिया। ओ तैनूं तां पता कि तेरे बगैर मैं किसे नूं देखदा नहीं। रब रब करके तां दिन कटदा, नाले तेरे नाल लड़न तो बेल मिले तां तां किसे पासे देखा। हो गया शुरू। ना तुसी किथे देख लिया सूट, मैं तां फर्स्ट टाइम पा रही है। क्यों, हरजीत दी बर्थडे पार्टी ते नहीं पाया सी तू ए येलो सूट? ओ येलो नहीं, लाइट येलो सी, और एह एक्स्ट्रा लाइट येलो है। ਮੈਨੂੰ ਲੱਗਦਾ ਤੁਸੀਂ ਬਲਾਈਂਡ ਨਹੀਂ, ਕਲਰ ਬਲਾਈਂਡ ਹੋ। ਪਾਪਾ, ਮੈਂ ਟਿੰਕੂ ਨੂੰ ਕਹਿ ਦਿੰਦਾ ਕਿਸੇ ਹੋਰ ਦੀ ਸਲਾਹ ਲੈ ਲਵੇ। ਆਖਿਰ ਉਸ ਵਿਚਾਰੇ ਨੇ ਮੇਰਾ ਕੀ ਵਿਗਾੜਿਆ ਕਿ ਉਹਨੂੰ ਮੈਂ ਤੁਹਾਡੀ ਸਲਾਹ ਦਵਾਂ। ਤੁਸੀਂ ਤਾਂ ਨਾ ਮੈਨੂੰ ਸੂਟ ਵਾਲੀ ਟੈਨਸ਼ਨ ਹੀ ਦੇਤੀ। ਸੱਚੀ ਦੱਸੋ, ਮੈਂ ਸੋਹਣੀ ਨਹੀਂ ਲੱਗ ਰਹੀ? ਆਪਣੀ ਜਨਾਨੀ ਵੀ ਕਦੇ ਕਿਸੇ ਨੂੰ ਸੋਹਣੀ ਲੱਗੀ ਆ, ਫਿਰ ਤੂੰ ਕਿਵੇਂ ਲੱਗ ਜਾਏਗੀ? ਓਕੇ, ਤਾਂ ਫਿਰ ਮੈਂ ਚੇਂਜ ਹੀ ਕਰ ਲੈਣੀ ਆ। ਉਹ ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਜੇ ਤੂੰ ਹੁਣ ਤਿਆਰ ਹੋਣ ਚਲੇਗੀ ਤਾਂ ਉਦ ਤੱਕ ਤਾਂ ਹੋਲੀ ਆਜੂਗੀ। ਲੇਟ ਤਾਂ ਆਪਾਂ ਹੋ ਹੀ ਰਹੇ ਹਾਂ। ਚੱਡਾ ਸਾਹਿਬ ਦੀ ਪਾਰਟੀ ਦਾ ਮਤਲਬ ਹੈ ਉੱਥੇ ਵਾਧੂ ਸ਼ਰਾਬ ਚੱਲੂਗੀ, ਔਰ ਸ਼ਰਾਬ ਦੇ ਨਾਮ ਤੇ ਤੁਹਾਡੇ ਮੂੰਹ ਚੋਂ ਲਾਲਾਂ ਗਿਰ ਰਹੀਆਂ ਹੋਣਗੀਆਂ। ਅੱਜ ਕੱਲ ਪਾਰਟੀਆਂ ਸ਼ਰਾਬ ਦੀਆਂ ਹੀ ਹੁੰਦੀਆਂ ਨੇ, ਹੋਰ ਪਾਰਟੀਆਂ ਚ ਪਤਾਸੇ ਵੰਡੇ ਜਾਂਦੇ ਆ। ਗੱਲ ਸ਼ਰਾਬ ਪੀਣ ਦੀ ਨਹੀਂ ਹੈ, ਸ਼ਰਾਬ ਪੀ ਕੇ ਜੂਆ ਖੇਡਣਾ ਤੇ ਜੂਏ ਚ ਲੱਖ ਦੋ ਲੱਖ ਹਾਰਨ ਦੀ ਹੈ। ਹੋ ਸਕਦਾ ਅੱਜ ਮੈਂ ਜਿੱਤ ਜਾ। ਅੱਜ ਤੱਕ ਤਾਂ ਜਿੱਤੇ ਨੀ, ਨਾਲੇ ਇਹ ਪਾਰਟੀ ਚੱਡਾ ਸਾਹਿਬ ਦੀ ਹੈ। ਚੱਡਾ ਸਾਹਿਬ ਨੇ ਨਾ ਸਾਰੀ ਪਾਰਟੀ ਦਾ ਖਰਚਾ ਜੂਏ ਚੋਂ ਕੱਢਣਾ। ਚੱਡਾ ਉਦੋਂ ਤੱਕ ਨਹੀਂ ਟਲਦਾ ਜਦ ਤੱਕ ਤੁਹਾਡੀ ਸਭ ਦੀ ਚੱਡੀਆਂ ਨਾ ਤਾਰ ਦੇ। ਪਰ ਅੱਜ ਨਹੀਂ, ਮੈਂ ਆਪਣਾ ਰਾਸ਼ੀਫਲ ਪੜਿਆ ਤੇ ਉਹਦੇ 'ਚ ਧਨ ਪ੍ਰਾਪਤੀ ਲਿਖਿਆ। ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਰਾਸ਼ੀਫਲ ਤੋਂ। ਵਿਆਹ ਟਾਈਮ ਮੇਰੀ ਰਾਸ਼ੀ 'ਚ ਲਿਖਿਆ ਸੀ ਮੈਨੂੰ ਰਾਜਕੁਮਾਰ ਮਿਲੂਗਾ, ਮਿਲਿਆ ਇਹ ਤੋਂਦੂ ਹਲਵਾਈ। ਅੱਜ ਮੇਰੇ ਹੱਥਾਂ 'ਚ ਬੜੀ ਖਾਜ ਹੋ ਰਹੀ ਹੈ, ਇਹਦਾ ਮਤਲਬ ਪੈਸਾ ਆਊਗਾ। ਖਾਜ ਦਾ ਮਤਲਬ ਪੈਸਾ ਆਊਗਾ ਨਹੀਂ ਹੈ, ਇਹ ਖਾਜ ਇਸ ਕਰਕੇ ਹੋ ਰਹੀ ਹੈ ਕਿਉਂਕਿ ਤੁਸੀਂ ਪੂਰਾ ਮਹੀਨਾ ਬਿਨਾਂ ਨਹਾਏ ਡਰਾਈ ਅਕਟੂਬਰ ਮਨਾ ਰਹੇ ਹੋ। ਉਹ ਛੱਡ ਹੁਣ, ਚੱਲ ਵੀ ਅੱਜ ਦੇਖੀ ਜਾਊਗੀ। ਮੈਂ ਨਹੀਂ ਜਾਣਾ ਉਹਨਾਂ ਚੋਰਾਂ ਦੇ, ਨੰਗ ਕਰਕੇ ਤੋੜ ਦਿੰਦੇ ਜੂਏ 'ਚ। ਪਾਪਾ ਦੀ ਡਾਈਟ ਦੇ ਹਿਸਾਬ ਨਾਲ ਨੰਗ ਆਪਾਂ ਨਹੀਂ, ਚੱਡਾ ਅੰਕਲ ਹੋਣਗੇ। ਸਾਰੇ ਗੈਸਟ ਦਾ ਖਾਣਾ ਇੱਕ ਪਾਸੇ ਤੇ ਪਾਪਾ ਦੀ ਡਾਈਟ ਇੱਕ ਪਾਸੇ। ਠੀਕ ਕਿਹਾ ਪੁੱਤ। ਕਹਿੰਦੇ ਨੇ ਜਿਸ ਬੰਦੇ ਨਾਲ ਦੁਸ਼ਮਣੀ ਹੋਵੇ ਨਾ ਉਹਨੂੰ ਹਾਥੀ ਪਾਲਣ ਦੀ ਸਲਾਹ ਜ਼ਰੂਰ ਦਵੋ, ਬੰਦਾ ਹਾਥੀ ਨੂੰ ਖਵਾਉਂਦਾ ਖਵਾਉਂਦਾ ਹੀ ਮਰ ਜੂਗਾ। ਆਪਾਂ ਸਲਾਹ ਤਾਂ ਦੇ ਨਹੀਂ ਸਕਦੇ, ਪਰ ਆਪਾਂ ਆਪਣਾ ਭੁੱਖਾ ਹਾਥੀ ਉਹਨਾਂ ਦੇ ਘਰੇ ਤਾਂ ਬੰਨ ਕੇ ਆ ਸਕਦੇ ਆ ਨਾ।